ਅੱਜ ਆਪਾਂ ਆਏ ਸੀਗੇ ਰਾਜਪੁਰੇ, ਦੇਖੋ ਕਿਸਾਨੀ ਅੰਦੋਲਨ ਲੱਗਿਆ ਹੋਇਆ ਉਰੇ ਸ਼ੰਭੂ ਬਾਰਡਰ 'ਤੇ, ਚਾਰੇ ਪਾਸੇ ਉਰੇ ਕਿਸਾਨੀ ਝੰਡੇ ਲੱਗੇ ਹੋਏ ਆ, ਟਰਾਲੀਆਂ ਟਰਾਲੀਆਂ ਖੜ੍ਹੀਆਂ, ਅਤੇ ਆਪਾਂ ਵੀ ਇੱਥੇ ਥੋੜ੍ਹਾ ਜਿਹਾ ਮਾਹੌਲ ਦੇਖਣ ਆਏ ਸੀ। ਜਾਣਾ ਤਾਂ ਮੈਂ ਰਾਜਪੁਰੇ ਸੀਗਾ, ਦੇਖੋ ਇੱਧਰੋਂ ਮੈਂ ਆ ਗਿਆ ਸੀ ਇੱਥੇ। ਵੈਸੇ ਤਾਂ ਬੈਰੀਕੇਡਿੰਗ ਹੋਈ ਹੈ ਪਿੱਛੇ ਬਹੁਤ ਤਕੜੀ, ਅਤੇ ਇੱਧਰ ਕਿਸਾਨਾਂ ਨੇ ਵੀ ਆਪਣੀ ਬੈਰੀਕੇਡਿੰਗ ਕਰੀ ਹੋਈ ਹੈ। ਦੇਖੋ ਸਿਰੇ ਤੱਕ ਸਾਰੇ ਟਰਾਲੀ ਟਰਾਲੀ ਖੜ੍ਹੀ ਹੈ, ਘੱਟੋ ਘੱਟ 5 ਜਾਂ 6 ਕਿਲੋਮੀਟਰ ਤੱਕ ਟਰਾਲੀਆਂ ਖੜ੍ਹੀਆਂ, ਅਤੇ ਇੱਕ ਸਾਈਡ ਪੂਰੀ ਬੰਦ ਕਰੀ ਹੋਈ ਹੈ। ਦੇਖੋ ਮਾਹੌਲ, ਵਾਹ ਜੀ ਵਾਹ, ਕਿਆ ਵਧੀਆ ਕਾਰੀਗਰੀ ਕੀਤੀ ਹੋਈ ਹੈ। ਬਈ ਇਹ ਜੋ ਤੁਸੀਂ ਨਹਿਰ ਦੇਖ ਰਹੇ ਹੋ ਨਾ, ਇਹ ਨਹਿਰ ਇੱਥੋਂ ਜਾ ਰਹੀ ਹੈ। ਇਹ ਦੇਖੋ ਤੁਸੀਂ, ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣਾਈ ਹੋਈ ਨਹਿਰ ਹੈ। ਇਹ ਪਾਣੀ ਨੀਚੇ ਨੂੰ ਜਾ ਰਿਹਾ, ਇਹ ਦੇਖੋ ਪਾਣੀ ਵੀ ਕਿੰਨਾ ਸਾਫ਼ ਹੈ, ਜ਼ਬਰਦਸਤ ਪਾਣੀ ਹੈ, ਅਤੇ ਆ ਥੱਲੇ ਨੂੰ ਜਾਂਦਾ ਦੇਖੋ ਪਾਣੀ, ਪਤਾ ਨਹੀਂ ਕਿਸ ਹਿਸਾਬ ਨਾਲ ਬਣਾਇਆ ਹੋਇਆ ਇਹ, ਅਤੇ ਪਾਣੀ ਇਹਦੇ ਵਿੱਚ ਨੂੰ ਸਾਰਾ ਜਾਂਦਾ। ਆਹ ਦੇਖੋ ਸਾਹਮਣੇ ਹੈਗਾ ਘੱਗਰ, ਘੱਗਰ ਦੇ ਨੀਚੇ ਨੂੰ ਜਾ ਰਿਹਾ ਪਾਣੀ।